ਜਿਹਾ ਲਾਈਟ ਲਾਈ ਆ ਅਤੇ ਆਹ ਡਿੰਮ ਆ, ਨਾਲ ਇਹਦੇ ਵਿੱਚ ਟਿਊਬ ਲੱਗੀ ਆ ਇੱਕ, ਅਤੇ ਟਿਊਬ ਉਹ ਟਿਊਬ ਨਾ ਤੁਸੀਂ ਸਮਝੋ ਕਿ ਜਿਹੜੀ ਨੋਰਮਲ ਲੱਗੀ ਹੁੰਦੀ ਆ, ਇਹ ਹੋ ਰਿਹਾ ਇਹ ਸਿਰਫ ਬਲੂ ਕਲਰ ਦੀ ਆ, ਉਹਦੇ ਉੱਤੇ ਉੱਤੇ ਸ਼ਾਈਨਿੰਗ ਦੇਣ ਵਾਸਤੇ ਇੱਕ ਥੱਲੇ ਬਲਬ ਲੱਗਾ ਵਾ, ਉਸ ਤੋਂ ਬਾਅਦ ਟੈਂਕੀ ਦੇ ਥੱਲੇ ਲਾਈਟ ਲਾਈ ਆ, ਉਹ ਬੈਟਰੀ ਡਾਊਨ ਕਰਨ ਥੋੜ੍ਹਾ ਘੱਟ ਜਗਨ ਦੀਆਂ ਹੈ, ਬੈਟਰੀ ਚਾਰਜ ਨਹੀਂ ਹੁੰਦੀ ਇਸ ਕਰਕੇ। ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਆਹ ਇੱਕ ਆਹ ਲੱਗੀਆਂ ਲੈਗ ਗਾਰਡ 'ਤੇ ਲੱਗੀਆਂ ਲਾਈਟਾਂ, ਅਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਆਹ ਫੁੱਲ ਲਾਈਟ ਜਗਾਈ ਅਸੀਂ, ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਚੀਜ਼ਾਂ ਹੈਂਡਲ ਚੇਂਜ ਕਰਦੇ ਅਸੀਂ। ਅਤੇ ਆਹ ਇਸ਼ਾਰੇ ਲਾਏ ਅਸੀਂ ਸਪੈਸ਼ਲ ਲਿਆਉਣ ਕੇ ਲਵਾਏ ਸੀ, ਥੱਲੇ ਉਹ ਸਟਿੱਕ ਲਾਈਟ ਆ ਉੱਤੇ ਲੱਗੇ ਆ। ਅਤੇ ਅੱਗੇ ਹੁਣ ਤੁਹਾਨੂੰ ਹੋਰਨ ਸੁਣਾਉਂਦੇ, ਹੋਰਨ ਵੀ ਅਸੀਂ ਲਾਏ ਆ, ਹੋਰਨ ਅਸੀਂ ਬਹੁਤ ਵਧੀਆ ਤਰੀਕੇ ਨਾਲ ਲਾਏ ਹੋਏ ਆ, ਹੋਰਨ ਤੁਹਾਨੂੰ ਸੁਣਾਉਂਦੇ ਹਾਂ। ਆ ਰੈੱਡ ਲਾਈਟ, ਬ੍ਰੇਕ ਲਾਈਟ, ਤੁਸੀਂ ਸਾਰਾ ਕੁਝ ਦੇਖ ਲਿਆ, ਅੱਗੇ ਹੋਰਨ ਤੁਸੀਂ ਸਾਡੇ ਸੁਣੋ ਕਿੱਦਾਂ ਲੱਗੇ। ਆਹ ਚੀਜ਼ ਥੱਲੇ ਜਿਹੜੀ ਜਗਦੀ ਪਈ ਆ, ਇਹ ਡੱਬੀ ਲਾਈ ਆ, ਚਾਰ ਹਾਰਨ ਲਾਏ ਆ ਅਤੇ ਇਹ ਉਹਦੀ ਡੱਬੀ ਆ। ਬਾਕੀ ਤੁਹਾਨੂੰ ਇੱਕ ਤਰ੍ਹਾਂ ਵੀਡੀਓ ਅਸੀਂ ਬਣਾਵਾਂਗੇ ਨੋਰਮਲ, ਉਹਦੇ ਵਿੱਚ ਇਕੱਲੀ ਤੁਹਾਨੂੰ ਸੁਣਾਵਾਂਗੇ ਕਿਸ ਤਰ੍ਹਾਂ ਅਸੀਂ ਹੋਰਨ ਲਾਏ। ਇਹ ਚਾਰ ਹੋਰਨ ਲੱਗੇ ਆ, ਦੋ ਮਿੰਟਾਂ ਦੇ, ਦੋ ਨੋਰਮਲ, ਅਤੇ ਬਹੁਤ ਵਾਈਬ ਬਹੁਤ ਵਧੀਆ ਹੈ, ਡਿਫਰੈਂਟ ਬਣਦੀ ਥੋੜ੍ਹੀ। ਅਤੇ ਨੈਕਸਟ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਇਹਦਾ ਹੈਂਡਲ ਚੇਂਜ ਕਰਨਾ ਵਾ। ਲਓ ਬਾਈ ਜੀ, ਫਿਰ ਤੁਹਾਡੇ ਵਾਸਤੇ ਇੱਕ ਵਧੀਆ ਚੀਜ਼ ਲੈ ਕੇ ਆਏ ਹਾਂ, ਔਨਲਾਈਨ ਪਰੇਜ਼ ਕੀਤੀ ਆ ਜ਼ਿਆਦਾ ਜਿਨ੍ਹਾਂ ਨੂੰ ਪਲਸਰ ਬਾਈਕ ਹੈ ਜਾਂ ਜਿਨ੍ਹਾਂ ਨੂੰ ਪਲਸਰ ਬਾਈਕ ਜਿਨ੍ਹਾਂ ਨੂੰ ਸ਼ੌਂਕ ਹੈ ਉਹਨਾਂ ਵਾਸਤੇ ਇਹ ਹੈਗੀ ਸਪੈਸ਼ਲ ਚੀਜ਼। ਇਹ ਛੋਟਾ ਹੈਂਡਲ ਆ, ਅਤੇ ਕਈਆਂ ਨੂੰ ਹੁੰਦਾ ਸ਼ੌਂਕ ਹੁੰਦਾ ਕਿ ਹਾਂ ਛੋਟਾ ਅਸੀਂ ਹੈਂਡਲ ਪਾਈਏ ਬਾਈਕ ਦਾ, ਅਤੇ ਇਹ ਔਨਲਾਈਨ ਮੈਂ ਮੰਗਵਾਇਆ ਸੀ ਅਤੇ ਮੈਂ ਤੁਹਾਨੂੰ ਦਿਖਾ ਰਿਹਾ ਕਿ ਬਹੁਤ ਵਧੀਆ ਚੀਜ਼ ਬਣੀ ਹੈ, ਕੰਪਨੀ ਨੇ ਵੀ ਦਿੱਤੀ ਇਹ ਪਿੱਛੋਂ। ਅਤੇ ਬਾਕੀ ਇਹਨਾਂ ਕਿ ਜੋ ਵਗੈਰਾ ਸਾਰਾ ਕੁਝ, ਬਸ ਆਪਾਂ ਫਿਟਿੰਗ ਹੀ ਕਰਨਾ, ਜ਼ਿਆਦਾ ਕੁਛ ਨਹੀਂ ਕਰਨਾ। ਤੁਹਾਨੂੰ ਹੁਣ ਫਿਟਿੰਗ ਕਰਕੇ ਵੀ ਅਸੀਂ ਦਿਖਾਵਾਂਗੇ, ਨੈਕਸਟ ਵੀਡੀਓ ਜਿਹੜੀ ਸਾਡੀ ਹੋਊਗੀ ਉਹਦੇ ਵਿੱਚ ਫਿਟਿੰਗ ਅਸੀਂ ਕਰਕੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਇਹਦੀ ਫਿਟਿੰਗ ਹੁੰਦੀ, ਕਿਸ ਤਰ੍ਹਾਂ ਇਹਦੇ ਨਾਲ ਐਲ ਈ ਡੀ ਲਾਈਟ ਲੱਗਦੀ ਹੈ।